ਜ਼ਿਲ੍ਹਾ ਪੁਲਿਸ ਪ੍ਰਮੁੱਖ ਹੁਸ਼ਿਆਰਪੁਰ ਗੌਰਵ ਗਰਗ ਨੇ 8 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਪਿਛਲੇ ਦਿਨੀ ਫਾਜ਼ਿਲਕਾ ਵਿੱਚ ਮੁੱਖ ਮੰਤਰੀ ਸੁਰੱਖਿਆ ਵਿੱਚ ਲਗਾਈ ਗਈ ਡਿਊਟੀ ਵਿੱਚ ਇਨ੍ਹਾਂ ਮੁਲਾਜ਼ਮਾਂ ਵੱਲੋਂ ਕੁਤਾਹੀ ਵਰਤਦੇ ਹੋਏ ਇਹ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ, ਜਿਸ ਸਬੰਧੀ ਇਨ੍ਹਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਪੂਰੇ ਮਾਮਲੇ ਸਬੰਧੀ SP ਪਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ। ਬੇਸਿਕਲੀ ਇਹ 'ਚ ਸਾਡੀ 14 ਤਰੀਕ ਨੂੰ ਲੋਅ ਐਂਡ ਆਰਡਰ ਡਿਊਟੀ ਦੇ ਸੰਬੰਧ 'ਚ ਫੋਰਸ ਗਈ ਸੀ ਫਤਿਹਗੜ੍ਹ ਸਾਹਿਬ। ਕੁਛ ਸਾਡੇ ਮੁਲਾਜ਼ਮ ਉਸ ਡਿਊਟੀ 'ਚ ਅਣਗਹਿਲੀ ਕਰਦੇ ਹੋਏ ਉੱਥੇ ਨਹੀਂ ਪਹੁੰਚੇ ਸੀਗੇ। ਜਦੋਂ ਅਸੀਂ ਉਹ ਡਿਊਟੀਆਂ ਨੂੰ ਚੈੱਕ ਕਰਾਇਆ ਉਹ 'ਚ ਸਾਨੂੰ 8 ਮੁਲਾਜ਼ਮਾਂ ਦਾ ਪਤਾ ਲੱਗਾ ਵੀ ਜਿਹੜੇ ਉੱਥੇ ਡਿਊਟੀ 'ਤੇ ਨਹੀਂ ਪਹੁੰਚੇ, ਅਸੀਂ ਉਹਨਾਂ ਦਾ ਮੁਅੱਤਲ ਕਰਕੇ ਉਹਨਾਂ ਦੀ ਡਿਪਾਰਟਮੈਂਟਲ ਇਨੀਸ਼ੀਏਟ ਕੀਤੀ ਹੈ। ਅਤੇ ਮੈਂ ਗਾਂਹ ਤੋਂ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਮੁਲਾਜ਼ਮ ਹੈਗੇ ਆ ਪ੍ਰੋਪਰ ਆਪੋ ਆਪਣੀ ਡਿਊਟੀ ਪ੍ਰੋਪਰ ਕਰਨ ਤਾਂ ਕਿ ਕਿਸੇ ਨਾਲ ਇੱਦਾਂ ਦੀ ਗੱਲ ਨਾ ਹੋਵੇ। ਨਹੀਂ ਇਹ 'ਚ NGO ਵੀ ਹੈਗੇ ਨੇ, ਲੇਡੀ ਕੋਂਸਟੇਬਲ ਵੀ ਹੈਗੇ ਨੇ ਅਤੇ ਵੈਸੇ ਵੀ ਮੁਲਾਜ਼ਮ ਹੈਗੇ ਆ, 8 ਮੁਲਾਜ਼ਮ ਨੇ ਟੋਟਲ।